أتادشكنه أرزاق تاوان واتمتة أهو فيها تبيلا يا رب محمد رب صلي على محمد و آل محمد بواز بلان سلوات پڑھو مجلسی قبولیت وسے بواز بلان سلوات پڑھو MashaAllah la haul wa la quwwata illa نوکر اللہ تھوڑا پر سگا بول فرماوے میں کو فضا
ਮੈਂ ਸਹਾਰਾ ਦੇ ਅੱਲਾ ਬੁਰ ਸਕ ਬੁਰ ਫਰਮਾਵੇ ਜ਼ਿੰਦਗੀ ਹੋਏ ਪੁੱਤਰਾਂ ਦੀ ਆ ਮੈਂ ਕੁ ਫਿਜ਼ਾਬੇਣ ਸਹਾਰਾ ਦੇ ਤੇ ਆਏ ਵੈਣ ਨਬੀ ਦੀ ਧੀ ਦੇ ਬੀਬੀਆਂ ਦੀ ਮੈਂ ਉੱਠ ਨਹੀਂ ਸਕਦੀ ਮੇਰੇ ਪਾਸੇ ਤੇ ਲੱਗ ਗਈ ਵੀ ਜ਼ਰਾ ਆਪ ਛਦੀ ਦੇ ਜਿਹਨੇ ਮਾਤਮ ਕਰਨਾ ਮੇਰੇ ਲਿਖਾ ਹੈ ਬੀਬੀਆਂ ਦੀ ਮੈਂ ਗੁੰਘੇ ਨੇ ਜਲ ਪਿਓ ਦੀ ਆਇਓ ਕਬਾਰੂ ਸਦਕੇ ਥੀ ਬਿਸਮਿਲਾ ਕਰਾਂ ਨੌਕਰਾਂ ਆਖਰੀ ਵੈਣ ਕੋਈ ਲੰਬੀ ਮਜਲਿਸ ਨਹੀਂ ਇਬਤਦਾਏ ਮਜਲਿਸ ਆ ਹਰ ਬੰਦਾ ਮਕਾਨ ਸ਼ਾਮਿਲ ਸੀ ਰੋਣ ਵਾਲੇ ਜਦਾਰਾਂ ਬਾਬੇ ਦਾ ਦਰਬਾਰ ਸਹਾਬੀਆਂ ਦੇ ਸਾਹਮਣੇ ਰਸੂਲ ਦੀ ਜ਼ਖਮੀ ਧੀਵੇਂ ਖੜੀਏ ਜਿਵੇਂ ਮਸਕੀਨ ਖੜੇ ਹੁੰਦੇ ਨਾ ਪੌਣੇ ਚਾਰ ਘੰਟਾ ਦੇ ਬਾਅਦ ਬੀਬੀ ਨੇ ਕਿਹੋ ਜਿਹੀ ਗੱਲ ਕੀਤੀ ਹੈ ਯਕੀਨਨ ਦਰਬਾਰ ਹਲਾਉ ਸੀ ਬਾਬੇ ਦੇ ਸਹਾਬੀਆਂ ਦੇ ਸਾਹਮਣੇ ਵੈਣ ਕਰ ਗਿਆ ਜੀ ਖੜੀਏ ਕਹਿ ਰਾਤ ਨਹੀਂ ਉਹ ਮੈਂ ਹੱਕ ਆਪਣਾ ਉਹ ਅਸਹਾਬ ਤੂੰ ਮੰਗਦੀ ਪਈਆ ਨੌਕਰਾਂ 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 ਹੱਥ ਨਾ ਬਣੋ ਨੌਕਰਾਂ ਲੱਕ ਵਰੀ ਅਗਾਂ ਵੈਣ ਕਰ ਗਿਆ ਜੀ ਖੜੀਏ ਗਏ ਰਾਤ ਨਹੀਂ ਉਹ ਮੈਂ ਹੱਕ ਆਪਣਾ ਉਹ ਅਸਹਾਬ ਤੂੰ ਮੰਗਦੀ ਪਈਆ ਮੈਂ ਪਿਓ ਦੇ ਇਲਮ ਦੀ ਵਾਰਸ ਹਾਵੋ ਮਤਾਂ ਸਮਝੋ ਮੈਂ ਭੁੱਲ ਗਈਆਂ ਜਿਹੜੇ ਮਾਤ ਵੀ ਬੈਠੇ ਹੋ ਬੀਬੀ ਆਦੀ ਬਹੁ ਦੇਰ ਤੜੀ ਉਹ ਨਿਮੀ ਖੜ ਸਕਦੀ ਉਹ ਸੁਲਤਾਨ ਪਿਓ ਦੀ ਧੀਆ ਉਹ ਮੇਰੇ ਕੋਈ ਨਹੀਂ ਮਾਣ ਫਿਰ ਨੌਕਰਾਂ ਸ਼ਾਮਿਲ ਹੋਣਾ ਸਾਰਾ ਨੌਕਰਾਂ ਨੌਕਰਾਂ ਲਖੋਰੀਆ ਗੰਜੜੇ ਮਾਤਮ ਕਰਕੇ ਰੋਂਦੇ ਖੜੇ ਰੋਣ ਵਾਲੇ ਜਦਰ ਵੈਣ ਕਰਕੇ ਨੀ ਖੜੀਏ ਗਏ ਰਾਤ ਨਹੀਂ ਉਹ ਮੈਂ ਹੱਕ ਆਪਣਾ ਉਹ ਅਸਹਾਬ ਤੂੰ ਮੰਗਦੀ ਪਈਆ ਉਹ ਮੈਂ ਪਿਓ ਦੇ ਇਲਮ ਦੀ ਵਾਰਸ ਮਤਾਂ ਸਮਝੋ ਮੈਂ ਭੁੱਲ ਗਈਆਂ ਜਿਹੜੇ ਮਾਤਮੀ ਜਵਾਨ ਬੈਠੇ ਹੋ ਬੀਬੀ ਆਦੀ ਬਹੁ ਦੇਰ ਤੜੀ ਉਹ ਨਿਮੀ ਖੜ ਸਕਦੀ ਉਹ ਸਰਦਾਰ ਪਿਓ ਦੀ ਦੀਆ ਉਹ ਮੇਰੇ ਕੋਈ ਨਹੀਂ ਮਾਣ ਫਿਰਾਵਾ ਦੇਵੋ ਉਹ ਤਾਈ ਖਾਲੀ ਹੋਏ سامعین محترم یہ تھے مجاہد رضا نقوی تشریف لاتے ہیں اقبال حسین قلندری اور ان کے بعد ذاکر علی محمد عمار مہدی اور ان کے بعد ذاکر علی با جناب قیصر عباس میتلا اور ان کے بعد ذاکر علی محمد جناب مقصود الحسن دیوان ਬਾਣੀ ਸਾਹਿਬ ਦੀ ਪੁੜੀ ਵਿੱਚ ਆਈ ਤੁਹਾਡਾ ਟੁਰਾਇਆ ਸਾਡੀ ਨੌਕਰੀ ਮੌਲਾ ਮਨਜ਼ੂਰ ਕਰੇ ਔਰ ਜਿੱਥੇ ਤੂੰ ਕੋਈ ਬਿਮਾਰ ਮੌਲਾ ਨੂੰ ਸ਼ਫਾ ਦੇਵੇ ਜਿੱਥੇ ਇੱਥੇ ਕੋਈ ਬਿਮਾਰ ਮੌਲਾ ਨੂੰ ਸ਼ਫਾ ਦੇਵੇ ਮੌਲਾ ਤੁਹਾਡੀ ਜ਼ਿੰਦਗੀ ਕਰੇ ਬੱਚੇ ਨਾਲ ਆਬਾਦ ਹੋਵੋ ਵਸਤੇ ਰਹੋ ਸਲਵਾਤ ਪੜੋ ਪਾਕਿਸਤਾਨ ਦੀ ਦਾਤ 'ਤੇ ਨਾਰਾ ਤਕਬੀਰ ਨਾਰਾ ਰਿਸਾਲਤ ਨਾਰਾ ਹੈਦਰੀ ਜ਼ਮਾਨੇ ਸਾਰੇ ਤੇ ਫਿਰ ਕੇ ਵੇਖੋ ਦਾਤਾ ਕੌਣ ਏ ਸਵਾਲ ਹੀ ਕੌਣ ਏ ਜ਼ਮਾਨੇ ਸਾਰੇ ਤੇ ਫਿਰ ਕੇ ਵੇਖੋ ਦਾਤਾ ਕੌਣ ਏ ਸਵਾਲ ਹੀ ਕੌਣ ਏ ਇਹ ਕੌਣ ਮੋਮਿਨ ਤੇ ਕੌਣ ਮੁਨਕਰ
ਅਤੇ ਪੰਚਤਨ ਦਾ ਮਵਾਲੀ ਕੌਣ ਹੈ? ਮੈਂ ਸ਼ਹਾਦ ਜ਼ਾਕਿਰ ਤਜਰਬੇਕਾਰ ਹਾਂ। ਮੈਂ ਤਾਂ ਕੋਈ ਸਮਝੇ ਕਿਆ ਸਮਝਦਾ ਹੈ? ਅਲੀ ਦਾ ਨਾਂ ਚਾ ਕੇ ਵੇਖ ਗਿੰਨਾ ਹਲਾਲੀ ਕੌਣ ਹੈ, ਹਰਾਮੀ ਕੌਣ ਹੈ? ਨਾਰਾ ਹੈਦਰੀ। ਮੈਂ ਜੇ ਖਾਕੀ ਬੰਦੇ ਤੂੰ ਦਾ ਕਿਆ ਕਿਆ ਸ਼ਾਨ ਲਿਖੀ ਵੇ, ਮੈਂ ਜੇ ਖਾਕੀ ਬੰਦੇ ਤੂੰ ਦਾ ਕਿਆ ਕਿਆ ਸ਼ਾਨ ਲਿਖੀ ਵੇ, ਹੋਏ ਵੀਰ ਸਦਾ ਵੇ ਨੌਕਰ ਤੇ ਤਾਂ ਜਗ ਤੇ ਜੀਵੇ, ਮੇਰਾ ਦਿਲ ਚਾਹੁੰਦਾ ਲਿਖਾਂ ਇਹ ਜਿਹਾ ਫਿਕਰਾ, ਪਦ ਹਰ ਸਟੇਜ ਪੜ੍ਹੀ ਵੇ ਬਸ ਮਨਜ਼ੂਰੋਂ ਬਾਲ ਦਾ ਕਿਆ ਕਹਿਣਾ, ਜਿੰਦ ਜ਼ਹਰਾ ਚੋਲੇ ਸੀ ਵੇ। ਐ ਗਾਜ਼ੀ ਤੈਡੀ ਅਜ਼ਮਤ ਕੋ ਕੋਈ ਸਮਝੇ ਤਾਂ ਕਿ ਸਮਝੇ, ਐ ਗਾਜ਼ੀ ਤੈਡੀ ਅਜ਼ਮਤ ਕੋ ਕੋਈ ਸਮਝੇ ਤਾਂ ਕਿਆ ਸਮਝੇ, ਤੈ ਕੋ ਹਸਨ ਹੁਸੈਨ ਬਿਰਾ ਸਮਝਣ ਜਾਂ ਤੈ ਕੋ ਆਪਣੀ ਮਾਂ ਸਮਝਣ, ਖਾਤੂਨ ਕਿਆਮਤ ਤੱਕ ਪੁੱਤਰ ਆ ਕੇ ਬੀਬੀ ਜ਼ੈਨਬ ਪਿਓ ਦੀ ਜਾ ਸਮਝੇ, ਮਨਜ਼ੂਰ ਹੁਸੈਨ ਦਾ ਫੈਸਲਾ ਹੈ ਬਸ ਤੈ ਕੋ ਆਪ ਖੁਦਾ ਸਮਝੇ। ਨਾਰਾ ਹੈਦਰੀ। ਅਕਲ ਦਾ ਕਰ ਦਵਾ ਅਲੀ ਦੇ ਦਰ ਤੇ ਆਇ, ਅਕਲ ਦਾ ਕਰ ਦਵਾ ਅਲੀ ਦੇ ਦਰ ਤੇ ਆਇ, ਅਕਲ ਦਾ ਕਰ ਦਵਾ ਅਲੀ ਦੇ ਦਰ ਤੇ ਆਇ, ਅਕਲ ਦਾ ਕਰ ਦਵਾ ਅਲੀ ਦੇ ਦਰ ਤੇ ਆਇ, ਅਕਲ ਦਾ ਕਰ ਦਵਾ ਅਲੀ ਦੇ ਦਰ ਤੇ ਆਇ, ਅਕਲ ਦਾ ਕਰ ਦਵਾ ਅਲੀ ਦੇ ਦਰ ਤੇ ਆਇ। ਚੰਗਾ ਰਾਸੀ ਉਹ ਜੈ ਸਰ ਝੁਕਾਵਣੇ, ਪੁਲਿਸ ਰਾਤ ਤੂੰ ਅਮੀਰ ਦੇ ਮਲੰਗੇ, ਪੁਲਿਸ ਰਾਤ ਤੂੰ ਅਮੀਰ ਦੇ ਮਲੰਗੇ, ਯਾ ਅਲੀ ਦਾ ਨਾਰਾ ਲਾਵਣੇ, ਅਕਲ ਦਾ ਨਾਰਾ ਹਰੀ ਖੁੱਲ ਦੇ ਬਰੀ ਤੇ ਸਰ ਮਦਦਗਾਰ ਹੈਂਲੀਏ, ਮੁਸ਼ਕਲਾਂ ਦੇ ਵਿੱਚ ਮਦਦਗਾਰ ਹੈਂਲੀਏ, ਮੰਨ ਲੈ ਮੇਰੀ ਗੱਲ ਵਕਤ ਹੀ ਸਮਲ, ਮੰਨ ਲੈ ਮੇਰੀ ਗੱਲ ਵਕਤ ਹੀ ਸਮਲ, ਮੇਰਾ ਕੰਮ ਤੈਨੂੰ ਨੇਕਰਾ ਵਿਖਾਵਣਾ, ਅਕਲ ਦਾ ਕਰ ਦਵਾ ਨਾਰਾ ਹਰੀ। ਜੇ ਤੋੜੀ ਮਲੰਗਾ ਦੀ ਜ਼ਿੰਦਗਾਨੀ ਏ, ਜੇ ਤੋੜੀ ਮਲੰਗਾ ਦੀ ਜ਼ਿੰਦਗਾਨੀ ਏ, ਹਾਂ ਕੂੜਿਆ ਤੇ ਬਾਰ ਬਾਰ ਹੋਂਦੀ ਰਾਣੀ ਏ, ਕੂੜਿਆ ਤੇ ਬਾਰ ਬਾਰ ਹੋਂਦੀ ਰਾਣੀ ਏ, ਨਾਰ ਮਾਰਨੇ ਤੇ ਮੋਦ ਸਾੜਨੇ, ਨਾਰ ਮਾਰਨੇ ਤੇ ਮੋਦ ਸਾੜਨੇ, ਸਾੜ ਕੇ ਮੁਜਾਹਿਦ ਸਦਾਵਣਾ, ਅਕਲ ਦਾ ਕਰ ਦਵਾ ਦੁਖਿਆ ਦੇ ਰਾਦੇ ਟਲਵੇ ਦਿਲ ਤੇ ਭਰ ਜਾਈ ਲਾ ਤਦਾ ਤੇ ਏਡੇ ਦੁੱਖੇ ਵੈ, ਨਾ ਕੀਤੇ ਕਰ ਤੇਰਾ ਪੇਕਾ ਘਰ ਆ, ਮੌਲਾ ਜ਼ਿੰਦਗੀ ਕਰੀ ਜੀਂਦਾ ਵੱਤੇ ਬਚੜੇ ਜੀਨੀ, ਦੁੱਖਿਆ ਦੇ ਰਾਦੇ ਹਾਇਓ ਟਲ ਵੈ ਦਿਲ ਤੇ ਭਰ ਜਾਈ ਲਾ ਤਦਾ ਤੇ ਏਡੇ ਦੁੱਖੇ ਵੈ, ਨਾ ਕੀਤੇ ਕਰ ਤੇਰਾ ਪੇਕਾ ਘਰ ਆ, ਹਾਏ ਹਾਏ ਮੈਂ ਤੂੰ ਵੇਖ ਤਾਂ ਸਹੀ ਮੈਂ ਜ਼ੈਨਬ ਹਾਂ, ਤੇ ਜਿਵੇਂ ਥਈਆ ਮੈਂ ਬਰਬਾਦ ਥੀ ਨਸਲ ਖਤਮ ਗਏ, ਘਰ ਬਲ ਵਿੱਚ ਵੰਜ ਥੀ ਸਾ ਸ਼ਾਮ ਆਬਾਦ, ਮੌਲਾ ਜ਼ਿੰਦਗੀ ਕਰੀ ਮੈਂ ਤਾਂ ਨੌਕਰਾਂ ਦੁੱਖਿਆ ਦੇ ਰਹਦੇ ਹਾਇਓ ਟਲ ਵੈ ਦਿਲ, ਭਰ ਜਾਈ ਲਾ ਤਦਾ ਤੇ ਏਡੇ ਦੁੱਖੇ ਵੈ, ਨਾ ਕੀਤੇ ਕਰ ਤੇਰਾ ਪੇਕਾ ਘਰ ਆ, ਮੈਂ ਤੂੰ ਵੇਖ ਤਾਂ ਸਹੀ ਮੈਂ ਜ਼ੈਨਬ ਹਾਂ, ਤੇ ਜਿਵੇਂ ਥਈਆਂ ਮੈਂ ਬਰਬਾਦ ਥੀ ਨਸਲ ਖਤਮ ਗਏ, ਘਰ ਬਲ ਵਿੱਚ ਵੰਜ ਥੀ ਸਾ ਸ਼ਾਮ ਆਬਾਦ,
ਮੇਰਾ ਸਰਦਾਰ ਸੈਨ ਰੁਬਾਬ ਨੇ ਗੱਲ ਸੁਣੀ ਸੈਨ ਦੇ ਕਦਮਾਂ ਤੇ ਹੱਥ ਰੱਖ ਕੇ ਰੋ ਕੇ ਫਰਮਾਇਆ ਤੁਸਾਂ ਬੇਸ਼ੱਕ ਸੱਚ ਫਰਮਾਇਆ ਹੈ ਅਤੇ ਪਾਕ ਬਤੂਲ ਦੀ ਜਾਈ ਥੋੜੇ ਲੱਖ ਪੇਕੇ ਆਬਾਦ ਰਵਨ ਨਹੀਂ ਭੁੱਲਦੇ ਆਪਣੇ ਮੌਲਾ ਸਿੱਧੀ ਕਰੇ ਮੈਂ ਤਾਂ ਨੌਕਰ ਤੁਸਾਂ ਬੇਸ਼ੱਕ ਸੱਚ ਫਰਮਾਇਆ ਹੈ ਅਤੇ ਪਾਕ ਬਤੂਲ ਦੀ ਜਾਈ ਤੋੜੇ ਲੱਖ ਪੇਕੇ ਆਬਾਦ ਰਵਨ ਨਹੀਂ ਭੁੱਲਦੇ ਆਪਣੇ ਸ਼ਾਹ ਤੁਹਾਡਾ ਵੀਰ ਦੇ ਬਖਤ ਚ ਪੇਕਿਆਂ ਦੀ ਤੇ ਮੈਂ ਵਧੀਆ ਮੁਤਾਗ ਲਹਾਈ ਮੈਂ ਵਤਨ ਵਜਾ ਮੈਂ ਕੁਹਰ ਕੋਈ ਆਖ ਸੀ ਉਹ ਪੁੱਤਰਾ ਮੋਹ ਹਾਏ ਹਾਏ ਬਾਬਾ ਮੈਂ ਤਾਂ ਨੌਕਰ ਹਾਂ ਮੈਂ ਨੌਕਰ ਵਸਤਾ ਰਵੇ ਬਚੜੇ ਜੀ ਨੀ ਤੁਸਾਂ ਬੇਸ਼ੱਕ ਸੱਚ ਫਰਮਾਇਆ ਹੈ ਅਤੇ ਪਾਕ ਬਤੂਲ ਦੀ ਜਾਈ ਤੋੜੇ ਲੱਖ ਪੇਕੇ ਆਬਾਦ ਰਵਨ ਨਹੀਂ ਭੁੱਲਦੇ ਆਪਣੇ ਹਾਏ ਹਾਏ ਤੁਹਾਡੇ ਵੀਰ ਦੇ ਬਖਤ ਚ ਪੇਕਿਆਂ ਦੀ ਤੇ ਮੈਂ ਵਧੀਆ ਮੁਤਾਗ ਲਹਾਈ ਮੈਂ ਵਤਨ ਵਜਾ ਮੈਂ ਕੁਹਰ ਕੋਈ ਆਖ ਸੀ ਉਹ ਪੁੱਤਰਾ ਮੋਏ ਮੈਂ ਨਾ ਕਰਾਂ ਬਾਬਾ ਮੈਂ ਨਾ ਕਰਾਂ ਵਸਤਾ ਰਵੇ ਬਚੜੇ ਜੀ ਨੀ ਤੁਸਾਂ ਬੇਸ਼ੱਕ ਸੱਚ ਫਰਮਾਇਆ ਹੈ ਅਤੇ ਪਾਕ ਬਤੂਲ ਦੀ ਜਾਈ ਤੋੜੇ ਲੱਖ ਪੇਕੇ ਆਬਾਦ ਰਵਨ ਨਹੀਂ ਭੁੱਲਦੇ ਆਪਣੇ ਸ਼ਾਹ ਹਾਏ ਤੁਹਾਡੇ ਵੀਰ ਦੇ ਬਖਤ ਚ ਪੇਕਿਆਂ ਦੀ ਤੇ ਮੈਂ ਵਧੀਆ ਮੁਤਾਗ ਲਹਾਈ ਮੈਂ ਵਤਨ ਵਜਾ ਮੈਂ ਕੁਹਰ ਕੋਈ ਆਖ ਸੀ ਉਹ ਪੁੱਤਰਾ ਮੋਏ ਆਈ ਸੈਣ ਜ਼ੈਨਬ ਦੀ ਆਵਾਜ਼ ਨੇ ਭਰਜਾਈ ਮੋਇਆ ਨਾਲ ਕੋਈ ਮਾਰਤਾ ਨਹੀਂ ਵੈਂਦਾ ਧੁੱਪ ਟੁੱਟੀ ਤੇ ਛਾਂ ਤੇ ਆ ਮੇਰੀ ਸੈਣ ਧੁੱਪ ਟੁੱਟੀ ਤੇ ਛਾਂ ਤੇ ਆਈਏ ਮੇਰੀ ਸੈਣ ਦਿਨ ਤਕਾਲ ਹੋ ਗਿਆ ਸ਼ਹਿਰ ਨੇ ਮਾਲਿਕ ਮੈਂ ਊ ਬੀਬੀ ਦਾ ਖਾਬ ਸੁਣੈ ਨਾ ਤੇ ਜਿਹੜੀ ਧੁੱਪ ਤੇ ਜੀਂਦੀ ਰਹੀਏ ਜਾਂਦਾ ਪੁੱਤ ਰਾਜ਼ੀ ਨਾ ਤੇ ਘਰ ਬਲ ਦੀ ਅਤੇ ਸ਼ਾਮ ਦੀ ਜ਼ੀਨਤ ਹਾਏ ਧੀਏ سامعین محترم یہ تھے اقبال حسین قلندری اور تشریف لاتے ہیں ذاکر آل ابا جناب عمار مہدی اور ان کے بعد ذاکر آل محمد جناب قیصر عباس میتلا اور ان کے بعد خطیب اہل بیت جناب مولانا مظہر حسین صادقی ان کے بعد جناب دیوان مقصود الحسن صاحب اب لاہور خطاب فرمائیں گے